ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਪੁਲਿਸ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਜੇਕਰ ਕੋਈ ਨਸ਼ਾ ਤਸਕਰ ਨਸ਼ਾ ਵੇਚਦਾ ਫੜਿਆ ਜਾਂਦਾ ਹੈ ਤਾਂ ਉਸ ਦੇ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ, ਉਸ ਨੂੰ ਜੇਲ੍ਹ ਦੀਆਂ ਸਲਾਖਾਂ ਦੇ ਵਿੱਚ ਭੇਜਿਆ ਜਾਵੇ ਤਾਂ ਜੋ ਅੱਗੇ ਤੋਂ ਨਸ਼ਾ ਤਸਕਰ ਨੌਜਵਾਨ ਪੀੜ੍ਹੀ ਨੂੰ ਨਸ਼ੇ ਦੀ ਦਲਦਲ ਵਿੱਚ ਨਾ ਧੱਕ ਸਕੇ। ਇਸ ਤਰ੍ਹਾਂ ਦੀ ਤਾਜ਼ਾ ਮਿਸਾਲ ਦੇਖਣ ਨੂੰ ਮਿਲੀ ਹੈ ਨਾਭਾ ਬਲਾਕ ਦੇ ਪਿੰਡ ਸਮਲਾ ਵਿਖੇ, ਜਿੱਥੇ RMP ਚੋਲਾ ਛਾਪ ਡਾਕਟਰ ਦੇ ਵੱਲੋਂ ਆਪਣੀ ਦੁਕਾਨ ਦੀ ਆੜ ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਨਸ਼ੀਲੀਆਂ ਗੋਲੀਆਂ ਵੇਚ ਕੇ ਨੌਜਵਾਨ ਪੀੜ੍ਹੀ ਨੂੰ ਨਸ਼ੇ ਦੀ ਦਲਦਲ ਵਿੱਚ ਧੱਕਿਆ ਜਾ ਰਿਹਾ ਸੀ। ਜਦੋਂ ਇਸ ਦਾ ਪੁਲਿਸ ਨੂੰ ਪਤਾ ਲੱਗਿਆ ਤਾਂ ਪੁਲਿਸ ਨੇ ਨਾਕਾ ਲਗਾ ਕੇ ਚੋਲਾ ਛਾਪ ਡਾਕਟਰ ਸੋਹਣ ਸਿੰਘ ਨੂੰ ਰੰਗੇ ਹੱਥੀਂ ਕਾਬੂ ਕਰਕੇ ਉਸ ਕੋਲੋਂ ਸੈਂਕੜਿਆਂ ਦੀ ਤਾਦਾਦ ਦੇ ਵਿੱਚ ਨਸ਼ੀਲੀਆਂ ਗੋਲੀਆਂ ਬਰਾਮਦ ਕਰਕੇ ਮਾਮਲਾ ਦਰਜ ਕਰ ਦਿੱਤਾ। ਇਹ ਘੱਟੋ ਘੱਟ 10 ਸਾਲ ਦੀ ਸਜ਼ਾ ਦਾ ਭਾਗੀਦਾਰ ਹੋ ਸਕਦਾ ਹੈ। ਪੁਲਿਸ ਹੁਣ ਇਸ ਤਫਤੀਸ਼ ਵਿੱਚ ਜੁਟ ਗਈ ਹੈ ਕਿ ਨਸ਼ਾ ਤਸਕਰ ਨਸ਼ਾ ਕਿੱਥੋਂ ਲਿਆਉਂਦਾ ਸੀ। ਇਸ ਮੌਕੇ ਤੇ ਨਾਭਾ ਰੋਟੀ ਪੁਲ ਚੌਂਕੀ ਦੇ ਇੰਚਾਰਜ ਜੱਗਾ ਸਿੰਘ ਨੇ ਦੱਸਿਆ ਕਿ ਇਹ RMP ਚੋਲਾ ਛਾਪ ਡਾਕਟਰ ਪਿੰਡ ਵਿੱਚ ਹੀ ਦੁਕਾਨ ਕਰਕੇ ਪਿੰਡ ਦੇ ਹੀ ਨੌਜਵਾਨਾਂ ਦੇ ਆਲੇ ਦੁਆਲੇ ਦੇ ਨੌਜਵਾਨਾਂ ਨੂੰ ਨਸ਼ੇ ਦਲਦਲ ਦੇ ਵਿੱਚ ਗਰਕ ਕਰ ਰਿਹਾ ਸੀ ਅਤੇ ਜਦੋਂ ਪਿੰਡ ਤੋਂ ਕੁਝ ਦੂਰੀ 'ਤੇ ਕਿਸੇ ਨੂੰ ਨਸ਼ਾ ਦੇਣ ਜਾ ਰਿਹਾ ਸੀ ਤਾਂ ਇਸ ਨੂੰ ਨਸ਼ੇ ਦੇ ਸਮੇਤ ਕਾਬੂ ਕਰਕੇ ਮਾਮਲਾ ਦਰਜ ਕਰ ਲਿਆ ਗਿਆ। ਇਹ ਸਾਡੇ ਕੋਲ ਤਾਂ ਕੱਲ੍ਹ ਹੀ ਇਨਫੋਰਮੇਸ਼ਨ ਆਈ ਹੈ, ਇਹ 2004 ਤੋਂ ਉਹਨੇ RMP ਦਾ ਕੋਰਸ ਕਰਿਆ ਹੈ, ਜਿਹਨੇ ਪੁੱਛ ਗਿੱਛ ਦੱਸਿਆ ਹੈਗਾ। ਉਸ ਤੋਂ ਬਾਅਦ ਇਹ ਆਪਣੇ ਪਿੰਡ ਦੇ ਵਿੱਚ RMP ਡਾਕਟਰ ਦੁਕਾਨ ਕਰ ਰਿਹਾ। ਇਹ ਤਾਂ 37 ਪੱਤੇ ਨਸ਼ੀਲੀਆਂ ਗੋਲੀਆਂ, ਕੁੱਲ 360 ਗੋਲੀਆਂ ਨੇਗੀਆਂ, 83 ਪੱਤੇ ਨਸ਼ੀਲੇ ਕੈਪਸੂਲ, 38 ਕੈਪਸੂਲ। ਇਹ ਸਾਡੇ ਕੋਲ ਤਾਂ 6 ਮਹੀਨਿਆਂ ਤੋਂ ਇਹਨੇ ਪੁੱਛ ਗਿੱਛ ਦੱਸੇ, ਮੈਂ 6 ਮਹੀਨੇ ਪਹਿਲਾਂ ਇਹ ਸਮਾਨ ਲਿਆਂਦਾ ਸੀਗਾ ਵੇਚਣ ਦੇ, ਇਹਦੇ ਵਿੱਚੋਂ ਕੁਛ ਵੇਚਤਾ ਹੈ ਕੁਛ ਵੀ ਮੇਰੇ ਕੋਲ। ਕਿੱਥੋਂ ਲਿਆਂਦਾ ਸੀਗਾ ਜੀ? ਇਸ ਨੇ ਇਹਦੇ ਜਿਹੜੇ ਬੰਦੇ ਤੋਂ ਖਰੀਦ ਕੀਤਾ ਉਹਦੇ ਨਾਮ ਬਾਰੇ ਸਾਨੂੰ ਕੋਈ ਦੱਸਿਆ ਨਹੀਂ ਹੈਗਾ ਜੀ, ਔਰ ਅਸੀਂ ਕੁਛ ਰਿਮਾਂਡ ਲੈ ਕੇ ਤੋਂ ਪੁੱਛ ਗਿੱਛ ਕਰਾਂਗੇ। ਜ਼ਿਆਦਾਤਰ ਨੌਜਵਾਨ ਪੀੜ੍ਹੀ ਨੂੰ ਮਤਲਬ ਨਸ਼ਿਆਂ ਵੱਲ ਧਕੇਲਦਾ? ਬਿਲਕੁਲ, ਇਹ ਨੌਜਵਾਨਾਂ ਨੂੰ ਨਸ਼ੇ ਵੇਚ ਕੇ ਨਸ਼ਿਆਂ 'ਤੇ ਲਾਉਂਦਾ ਸੀਗਾ। ਸਾਨੂੰ ਕੱਲ੍ਹ ਇਹਦੇ ਬਾਰੇ ਇਨਫੋਰਮੇਸ਼ਨ ਮਿਲੀ ਸੀ ਤਾਂ ਅਸੀਂ ਇਹਨੂੰ ਉੱਥੇ ਨਹਿਰ ਦੇ ਪੁਲ ਤੋਂ ਕਾਬੂ ਕਰਕੇ ਇਹਦੇ ਕੋਲ ਸਮਾਨ ਬਰਾਮਦ ਕੀਤਾ। ਦੁੱਗਣੇ ਤਿੱਗਣੇ ਰੇਟ 'ਤੇ ਵੇਚਦਾ ਸੀ ਬਾਹਰੋਂ ਉੱਧਰੋਂ ਲਿਆ ਕੇ। ਹਾਂਜੀ, ਇਹਦੇ ਲੋਕਾਂ 'ਤੇ ਆਪਾਂ ਨੂੰ, ਮੈਂ ਇਹ ਅਪੀਲ ਕਰਦਾ ਲੋਕਾਂ ਨੂੰ ਵੀ ਜਿਹੜੇ ਵੀ ਇਹ ਡਾਕਟਰ ਨੇ ਪਿੰਡਾਂ ਦੇ ਵਿੱਚ ਕੋਈ ਨਸ਼ੇ ਵੇਚਦਾ ਕਰ ਲੋਕ ਸਿਰਫੇ ਵੇਚਦਾ, ਉਹਦੇ ਬਾਰੇ ਪੁਲਿਸ ਨੂੰ ਜ਼ਰੂਰ ਦੱਸਣਾ ਚਾਹੀਦਾ ਤਾਂ ਜੋ ਬੱਚਿਆਂ ਦਾ ਭਵਿੱਖ ਖਰਾਬ ਨਾ ਹੋਵੇ। ਬਿਲਕੁਲ ਜੀ ਬਿਲਕੁਲ, ਇਹ ਜਿਹੜੇ ਨਸ਼ਾ ਤਸਕਰ ਨੇ ਇਹਦੇ ਬਾਰੇ ਸਾਨੂੰ ਮਾਨਯੋਗ SSP ਸਾਹਿਬ ਦੀਆਂ ਹਦਾਇਤਾਂ ਨੇਗੀਆਂ ਵੀ ਜਿਹੜੇ ਵੀ ਇਲਾਕੇ ਵਿੱਚ ਕੋਈ ਇਹ ਕੰਮ ਕਰਦੇ ਨੇ ਉਹਨਾਂ ਨੂੰ ਕਾਬੂ ਕਰੋ, ਤਾਂ ਅਸੀਂ ਮਾਨਯੋਗ SSP ਸਾਹਿਬ ਦੀਆਂ ਹਦਾਇਤਾਂ 'ਤੇ ਸ਼੍ਰੀ ਰਜੇਸ਼ ਕੁਮਾਰ ਸਿੱਬਰ ਉਪ ਕਪਤਾਨ ਪੁਲਿਸ ਨਾਭਾ ਦੇ ਅਤੇ ਸੁਖਵਿੰਦਰ ਸਿੰਘ ਮੁੱਖ ਕਪਤਾਨ ਸਦਰ ਨਾਭਾ ਦੇ ਦਿਸ਼ਾ ਨਿਰਦੇਸ਼ 'ਤੇ ਨਸ਼ਾ ਤਸਕਰਾਂ ਨੂੰ ਫੜਨ ਲਈ ਕੰਮ ਸ਼ੁਰੂ ਕੀਤਾ ਹੋਇਆ। ਅਸੀਂ ਜਦੋਂ ਵੀ ਸਾਨੂੰ ਕੋਈ ਪਤਾ ਲੱਗਦਾ ਸਾਨੂੰ ਖਬਰ ਦਊਗਾ। ਸਾਨੂੰ ਡਾਕਟਰ ਸੋਹਣ ਸਿੰਘ ਹੈ ਜੀ, ਪੁੱਤਰ ਗੁਰਦੇਵ ਸਿੰਘ, ਪਿੰਡ ਸਮਲਾ। ਇਹ ਪਿੰਡ ਵਿੱਚ ਹੀ ਡਾਕਟਰ ਦੀ ਦੁਕਾਨ ਕਰਦਾ, ਡਾਕਟਰ ਦੁਕਾਨ ਦੇ ਵਿੱਚ ਹੀ ਵੇਚਦਾ ਸੀ। ਕੱਲ੍ਹ ਇਹ ਆਪਣਾ ਸਮਾਨ ਲੈ ਕੇ ਉੱਥੇ ਨਹਿਰ 'ਤੇ ਕਿਸੇ ਨੂੰ ਦੇਣ ਲਈ ਆਇਆ ਸੀ, ਉੱਥੇ ਵੀ ਕਰਦਾ। ਇਹ 22-68 ਖਤਮ ਹੋ ਗਈ। ਇਹ ਜੋ ਸਮਾਨ ਹੈ ਕਮਰਸ਼ਲ ਕੇਸ ਹੈਗਾ, ਇਹਦੇ ਵਿੱਚ 10 ਸਾਲ ਦੀ ਸਜ਼ਾ ਹੋਣ ਦੀ ਸੰਭਾਵਨਾ। ਫਿਲਹਾਲ ਸਾਨੂੰ ਇਹਦੇ ਇਕੱਲੇ ਵਾਰੀ ਪਤਾ ਲੱਗਿਆ, ਹੋਰ ਕੋਈ ਗੱਲ ਪਤਾ ਨਹੀਂ। ਬਾਕੀ ਅੱਜ ਇਹਦਾ ਪੁੱਛ ਰਿਮਾਂਡ ਲਵਾਂਗੇ, ਜੇ ਕੋਈ ਹੋਰ ਅੱਗੇ ਗੱਲਬਾਤ ਸਾਹਮਣੇ ਤੋਂ। ਬਿਲਕੁਲ, ਇਹਦੇ ਬਾਰੇ ਤੋਂ ਸਾਕੀ ਨਾਲ ਨਿਰਮਾਣ ਹਾਸਲ ਕਰਕੇ ਪੁੱਛਗਿੱਛ ਕਰਾਂਗੇ, ਕਿੱਥੋਂ ਲਿਆਉਂਦਾ ਸੀ, ਕਿਹਨੂੰ ਅੱਗੇ ਦਿੰਦਾ ਸੀਗਾ, ਇਹਦੇ ਬਾਰੇ ਨਿਰਮਾਣ ਲੱਗਿਆ ਪੁੱਛਗਿੱਛ ਕਰਾਂਗੇ। ਆਵਾਜ਼ ਗਮ TV ਲਈ ਨਾਭਾ ਤੋਂ ਪੱਤਰਕਾਰ ਤਰੁਣ ਮਹਿਤਾ ਦੀ ਰਿਪੋਰਟ।